ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਰਾਧਾ ਸੁਆਮੀ। ਅੱਜ ਅਸੀਂ ਇੱਕ ਵਲੋਗ ਬਣਾਵਾਂਗੇ ਕਿ ਕਿਸ ਤਰ੍ਹਾਂ ਅਸੀਂ ਆਪਣੀ ਦਿਨ ਚਰਿਆ ਸ਼ੁਰੂ ਕਰਨੀ ਹੈ। ਇੱਕ ਸਤਸੰਗੀ ਨੇ ਦਿਨ ਚਰਿਆ ਕਿਸ ਤਰ੍ਹਾਂ ਸ਼ੁਰੂ ਕਰਨੀ ਹੈ, ਉਸ ਤੋਂ ਪਹਿਲੇ ਇੱਕ ਸਹੀ ਦਿਨ ਚਰਿਆ ਵਾਸਤੇ ਰਾਤ ਨੂੰ ਜਲਦੀ ਸੋਣਾ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਰੋ ਕਿ ਆਪਾਂ 10 ਵਜੇ ਸੋ ਜਾਈਏ ਅਤੇ ਸਵੇਰੇ 4 ਵਜੇ ਉੱਠੀਏ। ਔਰ ਸਵੇਰੇ 4 ਵਜੇ ਉੱਠ ਕੇ ਸਭ ਤੋਂ ਪਹਿਲਾ ਕੰਮ ਹੈ ਫਰੈਸ਼ ਹੋਣਾ, ਨਹਾਉਣਾ। ਨਹਾ ਧੋ ਕੇ ਫਰੈਸ਼ ਹੋ ਕੇ ਉਸ ਤੋਂ ਬਾਅਦ ਅੰਮ੍ਰਿਤ ਵੇਲੇ ਦਾ ਇੱਕ ਆਪਣਾ ਹੀ ਰਸ ਹੈ। ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਕਿ ਦਿਨ ਦੀ ਸ਼ੁਰੂਆਤ ਦੀ ਜਿਹੜੀ ਸੋਚ ਹੈ ਉਹ ਪਰਮਾਤਮਾ ਦੇ ਨਾਲ ਅਟੈਚ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਉੱਠਦਿਆਂ ਸਾਰੀ ਅੱਖ ਖੁੱਲ੍ਹੀ ਨਹੀਂ ਅਤੇ ਮਨ ਵਿੱਚ ਕੋਈ ਖਿਆਲ ਆ ਰਿਹਾ ਹੈ, ਕਿਸੇ ਤਰ੍ਹਾਂ ਦਾ ਦੁਨਿਆਵੀ ਵਿਚਾਰ ਆ ਰਿਹਾ ਹੈ। ਉੱਠੋ ਅਤੇ ਸਭ ਤੋਂ ਪਹਿਲਾਂ ਚੌਂਕੜੀ ਮਾਰ ਕੇ 5 ਮਿੰਟ ਆਪਣੇ ਮੂੰਹ ਦੇ ਵਿੱਚੋਂ, ਜਿੱਥੇ ਵੀ ਕਿਸੇ ਦੀ ਸ਼ਰਧਾ ਹੈ, ਆਪਣੇ ਮੂੰਹ ਤੋਂ ਪਹਿਲਾ ਬੋਲ, ਪਹਿਲੀ ਸੋਚ, ਪਹਿਲਾ ਕਰਮ। ਜੋ ਆਪਾਂ ਕਰਮ ਕਰਨਾ ਹੈ, ਕੋਸ਼ਿਸ਼ ਕਰੋ ਉਹ ਇੱਕ ਸੇਵਾ ਭਾਵਨਾ ਵਾਲਾ ਹੋਵੇ। ਮਨ ਵਿੱਚ ਆਪਣੇ ਪਿਆਰੇ ਸਤਿਗੁਰੂ ਦਾ ਸਿਮਰਨ ਕਰਨਾ, ਦਿਨ ਦੀ ਸ਼ੁਰੂਆਤ ਜਿਹੜੀ ਹੈ ਅੱਛੇ ਵਰਡਸ ਦੇ ਨਾਲ, ਔਰ ਆਪਣੇ ਮਾਤਾ ਪਿਤਾ ਦੇ ਪੈਰਾਂ ਨੂੰ ਹੱਥ ਲਾਉਣਾ ਇੱਕ ਸਭ ਤੋਂ ਵੱਡੀ ਸੇਵਾ ਹੈ। ਦਿਨ ਦੀ ਸ਼ੁਰੂਆਤ ਵੀ ਆਪਾਂ ਸੇਵਾ ਤੋਂ ਕਰ ਸਕਦੇ ਹਾਂ। ਹੁਣ ਅੰਮ੍ਰਿਤ ਵੇਲਾ ਲਗਭਗ ਖਤਮ ਹੋ ਚੁੱਕਿਆ ਹੈ। ਹੁਣ ਅਸੀਂ ਵਲੋਗ ਬਣਾਉਣ ਦੇ ਵਿੱਚ ਅਸੀਂ ਇਹੀ ਕਿ ਸਾਡੀ ਦਿਨ ਚਰਿਆ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਹੁਣ ਲਗਭਗ 6:30 ਦਾ ਟਾਈਮ ਅੰਮ੍ਰਿਤ ਵੇਲਾ ਖਤਮ ਹੋ ਚੁੱਕਿਆ ਹੈ, ਕਿਉਂਕਿ 4 to 6 ਸਾਡਾ ਭਜਨ ਸਿਮਰਨ ਦਾ ਟਾਈਮ ਹੈ, ਪਰਮਾਤਮਾ ਨੂੰ ਯਾਦ ਕਰਨ ਦਾ ਟਾਈਮ ਹੈ। ਲੇਕਿਨ ਜੇਕਰ ਅਸੀਂ ਦਿਨ ਦੀ ਸ਼ੁਰੂਆਤ ਹੀ ਦੁਨਿਆਵੀ ਸੋਚ ਦੇ ਨਾਲ ਕਰਾਂਗੇ ਤਾਂ ਅਸੀਂ ਕੀ ਭਜਨ ਸਿਮਰਨ ਕਰਨਾ ਹੈ? ਸਭ ਤੋਂ ਪਹਿਲੇ ਤਾਂ ਮਨ 'ਤੇ ਇੰਨੀ ਲਗਾਮ ਹੋਣੀ ਚਾਹੀਦੀ ਹੈ ਕਿ ਦੁਨਿਆਵੀ ਖਿਆਲ, ਜਦ ਤੱਕ ਕਿ ਕੋਈ ਐਕਸੈਪਸ਼ਨਲ ਕੇਸ ਨਾ ਹੋਵੇ, ਐਮਰਜੈਂਸੀ ਕੇਸ ਨਾ ਹੋਵੇ, 4 ਵਜੇ ਤੋਂ ਲੈ ਕੇ 6 ਵਜੇ ਤੱਕ। ਵੈਸੇ ਤਾਂ 4 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਜੋ ਟਾਈਮ ਹੈ ਉਹ ਸਾਡਾ ਅਤੇ ਪਰਮਾਤਮਾ ਦਾ ਹੈ। ਔਰ ਕੋਸ਼ਿਸ਼ ਕਰਨੀ ਹੈ ਕਿ 4 to 6 ਕੋਈ ਦੁਨਿਆਵੀ ਖਿਆਲ ਨਾ ਆਵੇ। ਰਾਤੀ ਵੀ ਤਾਂ ਅਸੀਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਸੁੱਤੇ ਹਾਂ। ਸਾਡੇ ਮਨ ਵਿੱਚ ਜੇ ਕੋਈ ਖਿਆਲ ਨਹੀਂ ਆਇਆ ਤਾਂ ਕੁਛ ਬਦਲ ਗਿਆ ਹੈ, ਕੁਛ ਘੱਟ ਗਿਆ ਹੈ। ਅਤੇ ਜੇ ਅਸੀਂ 4 to 6 ਜਾਗਰਤ ਅਵਸਥਾ ਦੇ ਵਿੱਚ ਦੁਨਿਆਵੀ ਕੰਮ ਨਾ ਸੋਚੀਏ, ਸਿਰਫ ਪਰਮਾਤਮਾ ਬਾਰੇ ਹੀ ਸੋਚੀਏ। ਅਸੀਂ ਪਰਮਾਤਮਾ ਦਾ ਟਾਈਮ ਕਿਸੇ ਨੂੰ ਨਹੀਂ ਦੇਣਾ। ਬਾਕੀ ਟਾਈਮ ਦੇ ਵਿੱਚ ਦੁਨਿਆਵੀ ਕੰਮ ਕਰਦੇ ਹਾਂ ਅਤੇ ਅਸੀਂ ਆਪਣਾ ਟਾਈਮ ਪਰਮਾਤਮਾ ਨੂੰ ਦਿੰਦੇ ਹਾਂ, ਫਿਰ ਅਸੀਂ ਪਰਮਾਤਮਾ ਦਾ ਟਾਈਮ ਕਿਉਂ ਕਿਸੇ ਨੂੰ ਦੇਈਏ? ਜੇ ਦਿਨ ਦੀ ਸ਼ੁਰੂਆਤ ਅਸੀਂ ਪਰਮਾਤਮਾ ਦੇ ਨਾਮ ਤੋਂ ਕਰਾਂਗੇ, ਸਿਮਰਨ ਦੇ ਨਾਮ ਤੋਂ ਕਰਾਂਗੇ, ਤਾਂ ਪਰਮਾਤਮਾ ਸਾਡੇ ਪੂਰੇ ਦਿਨ ਦੀ ਲਾਜ ਜ਼ਰੂਰ ਰੱਖੇਗਾ। ਸਾਡੇ ਕੋਲੋਂ ਕੋਈ ਗਲਤ ਕਰਮ ਨਾ ਹੋਵੇ, ਸਾਡੇ ਮਨ ਵਿੱਚ ਕੋਈ ਗਲਤ ਸੋਚ ਨਾ ਆਵੇ। ਪਰਮਾਤਮਾ ਸਾਡੇ ਸਵੇਰੇ ਅੰਮ੍ਰਿਤ ਵੇਲੇ ਦੀ ਲਾਜ ਜ਼ਰੂਰ ਰੱਖਣਗੇ, ਲੇਕਿਨ ਇਹ ਤਾਂ ਹੀ ਪੋਸੀਬਲ ਹੈ ਲਗਾਮ ਲਗਾ ਕੇ ਰੱਖਣਾ ਕਿ ਦੁਨਿਆਵੀ ਕੰਮ ਸ਼ੁਰੂ ਕਰਾਂਗੇ 8 ਵਜੇ ਤੋਂ ਬਾਅਦ। ਸਭ ਤੋਂ ਪਹਿਲੇ ਅਸੀਂ ਆਪਣਾ ਪਰਮ ਪਿਤਾ ਪਰਮੇਸ਼ਵਰ ਨੂੰ ਯਾਦ ਕਰਨਾ, ਭਜਨ ਸਿਮਰਨ ਕਰਨਾ। ਹੁਣ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਦਿਨ ਸ਼ੁਰੂ ਹੋ ਚੁੱਕਾ ਹੈ।
ਦਿਨ ਚੜ੍ਹ ਗਿਆ ਹੈ, ਹਲਕਾ ਜਿਹਾ ਅੰਮ੍ਰਿਤ ਵੇਲਾ ਖਤਮ ਹੋ ਗਿਆ ਹੈ, ਕਿਉਂਕਿ ਜਿਹੜਾ ਸਾਡਾ ਭਜਨ ਸਿਮਰਨ ਦਾ ਕਮਰਾ ਹੈ ਉਹ ਬਿਲਕੁਲ ਸ਼ਾਂਤ ਔਰ ਇੱਕ ਜਗ੍ਹਾ 'ਤੇ ਹੋਣਾ ਚਾਹੀਦਾ ਹੈ ਜਿੱਥੇ ਬੈਠ ਕੇ ਅਸੀਂ ਸਵੇਰੇ ਸਵੇਰੇ ਭਜਨ ਸਿਮਰਨ ਕਰਨਾ ਹੈ। ਔਰ ਜਿਸ ਤਰ੍ਹਾਂ ਹੀ ਦਿਨ ਚੜ੍ਹਦਾ ਹੈ ਫਿਰ ਸਾਡਾ ਯੋਗਾ ਦਾ ਟਾਈਮ ਸ਼ੁਰੂ ਹੋ ਜਾਂਦਾ ਹੈ। ਮੈਡੀਟੇਸ਼ਨ, ਦਿਸ ਇਜ਼ ਮੈਂਟਲ ਯੋਗਾ, ਇਹ ਮੈਂਟਲ ਯੋਗਾ ਹੈ, ਪਰਮਾਤਮਾ ਨੂੰ ਯਾਦ ਕਰਨਾ, ਭਜਨ ਸਿਮਰਨ ਕਰਨਾ। ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਦਿਨ ਚੜ੍ਹ ਗਿਆ, ਦੇਖੋ ਬਾਹਰ ਤੁਸੀਂ ਦੇਖ ਰਹੇ ਹੋ ਹਲਕਾ ਹਲਕਾ ਦਿਨ ਸ਼ੁਰੂ ਹੋ ਗਿਆ ਹੈ, ਅਤੇ ਹੁਣ ਇਸ ਤੋਂ ਬਾਅਦ ਜੋ ਸਾਡਾ ਟਾਈਮ ਹੈ ਉਹ ਯੋਗਾ ਦਾ ਹੈ। ਅਸੀਂ ਗਰਾਊਂਡ ਵਿੱਚ ਜਾਣਾ ਹੈ, ਡੀਪ ਬਰੀਦਿੰਗ ਕਰਨੀ ਹੈ, ਯੋਗਾ ਕਰਨਾ ਹੈ, ਔਰ ਯੋਗਾ ਕਰਦੇ ਕਰਦੇ ਤੁਸੀਂ ਫਿਰ ਤੋਂ ਸਿਮਰਨ ਕਰ ਸਕਦੇ ਹਾਂ। ਰੈਦਰ ਦੈਨ ਕਿ ਆਪਾਂ ਕੋਈ ਦੁਨਿਆਵੀ ਗੱਲ ਸੋਚੀਏ, ਜਦੋਂ ਅਸੀਂ ਯੋਗਾ 'ਤੇ ਜਾਣਾ ਹੈ ਗਰਾਊਂਡ ਦੇ ਵਿੱਚ, ਆਪਾਂ ਰਨਿੰਗ ਕਰਨੀ, ਜੋਗਿੰਗ ਕਰਨੀ, ਡੀਪ ਬਰੀਦਿੰਗ ਕਰਨੀ, ਅਤੇ ਆਪਾਂ ਸਿਮਰਨ ਕਰਦੇ ਕਰਦੇ ਵੀ ਕਰ ਸਕਦੇ ਹਾਂ। ਸਿਮਰਨ ਮਨ ਵਿੱਚ ਚੱਲਣ ਦਿਉ ਅਤੇ ਬਾਕੀ ਆਪਣਾ ਯੋਗਾ ਕਰਦੇ ਰਹੀਏ ਆਪਾਂ। ਇਹ ਹੁੰਦੀ ਹੈ ਇੱਕ ਅੱਛੀ ਸ਼ੁਰੂਆਤ। ਔਰ ਇੱਕ ਪੁਆਇੰਟ ਹੋਰ ਕਿ ਜਦੋਂ ਅਸੀਂ ਯੋਗਾ 'ਤੇ ਜਾਣਾ ਹੈ ਅਤੇ ਆਪਣੀ ਬੋਡੀ ਨੂੰ ਡੀਟੋਕਸੀਫਾਈਡ ਕਰਕੇ ਜਾਣਾ ਹੈ। ਡੀਟੋਕਸੀਫਾਈਡ ਕਰਨਾ ਹੈ ਕਿ ਕੋਈ ਨਾ ਕੋਈ ਇਸ ਤਰ੍ਹਾਂ ਦਾ ਨੈਚੁਰਲ ਪ੍ਰੋਡਕਟ, ਲੀਕੁਅਡ ਘੱਟੋ ਘੱਟ ਇੱਕ ਗਲਾਸ ਪੀਣਾ ਹੈ, ਜਿਹੜੀ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਆਪਣੀ ਬੋਡੀ ਨੂੰ ਕਿਸ ਤਰ੍ਹਾਂ ਡੀਟੋਕਸ ਕਰਨਾ ਹੈ। ਜਿਸ ਤਰ੍ਹਾਂ ਅਸੀਂ ਬਾਹਰੋਂ ਇਸ਼ਨਾਨ ਕਰ ਲਿਆ ਹੈ, ਹੁਣ ਅਸੀਂ ਅੰਦਰਲਾ ਜੋ ਇਸ਼ਨਾਨ ਹੈ ਆਪਣੀ ਬੋਡੀ ਨੂੰ ਡੀਟੋਕਸਾਈਡ ਕਰਕੇ, ਉਸ ਤੋਂ ਬਾਅਦ ਫਿਰ ਅਸੀਂ ਯੋਗਾ 'ਤੇ ਜਾਣਾ ਹੈ। ਔਰ ਫਿਰ 8 ਵਜੇ ਤੱਕ ਸਾਨੂੰ ਕੋਈ ਦੁਨਿਆਵੀ ਕੰਮ ਨਹੀਂ ਹੁੰਦੇ, 8 ਵਜੇ ਤੋਂ ਬਾਅਦ ਹੀ ਸਾਡੀ ਦਿਨ ਚਰਿਆ ਸ਼ੁਰੂ ਹੁੰਦੀ ਹੈ। 4 ਵਜੇ ਤੋਂ ਲੈ ਕੇ 8 ਵਜੇ ਦਾ ਟਾਈਮ ਭਜਨ ਸਿਮਰਨ ਔਰ ਯੋਗਾ। ਹੁਣ ਦੇਖੋ ਇਹ ਜੋ ਸਾਡਾ ਰੂਮ ਹੈ ਇਹਦੇ ਵਿੱਚ ਕੋਈ ਲਾਈਟਿੰਗ ਦੀ ਲੋੜ ਨਹੀਂ ਹੈ, ਆਰਾਮ ਨਾਲ ਬੈਠ ਕੇ ਆਪਾਂ ਭਜਨ ਸਿਮਰਨ ਕਰਨਾ ਹੈ। ਉਸ ਤੋਂ ਬਾਅਦ ਹੁਣ ਸਾਡੀ ਜੋ ਨੈਕਸਟ ਟਾਈਮ ਹੈ 8 ਵਜੇ ਤੱਕ ਆਪਣੀ ਬੋਡੀ ਨੂੰ ਹੁਣ ਅਸੀਂ ਪਹਿਲੇ ਡੀਟੋਕਸੀਫਾਈਡ ਕਰਾਂਗੇ, ਫਿਰ ਉਸ ਤੋਂ ਬਾਅਦ ਅਸੀਂ ਗਰਾਊਂਡ ਦੇ ਵਿੱਚ ਵਾਕ, ਵਾਰਮ ਅਪ, ਰਨਿੰਗ, ਜੋਗਿੰਗ, ਡੀਪ ਬਰੀਦਿੰਗ ਔਰ ਅਲੱਗ ਅਲੱਗ ਤਰ੍ਹਾਂ ਦੇ ਆਸਨ ਜਿਹੜੇ ਕਿ ਤੁਸੀਂ ਕਿਤੋਂ ਵੀ ਸਿੱਖ ਸਕਦੇ ਹੋ, ਅਲੱਗ ਅਲੱਗ ਪੋਸਚਰ ਦੇ ਵਿੱਚ ਆਪਣੀ ਬੋਡੀ ਨੂੰ, ਕਿਉਂਕਿ ਜਿੰਨੀ ਸਾਡੀ ਬੋਡੀ ਲਚਕਦਾਰ ਹੋਏਗੀ ਉਨਾ ਸਾਨੂੰ ਭਜਨ ਸਿਮਰਨ ਦੇ ਬੈਠਣ ਦੇ ਵਿੱਚ ਆਸਾਨੀ ਹੋਏਗੀ, ਸਾਡੀ ਸਪਾਈਨ ਹੈਲਦੀ ਹੋਏਗੀ, ਸਾਡੀ ਬੈਕਬੋਨ ਹੈਲਦੀ ਹੋਏਗੀ, ਹਿਪ ਜੁਆਇੰਟਸ ਹੈਲਦੀ ਹੋਣਗੇ, ਲੈਗਸ ਦੇ ਜੋ ਮਸਲਸ ਨੇ ਉਹ ਹੈਲਦੀ ਹੋਣਗੇ, ਉਨਾ ਜ਼ਿਆਦਾ ਅਸੀਂ ਸੇਵਾ ਕਰ ਸਕਦੇ ਹਾਂ, ਉਨੀ ਜ਼ਿਆਦਾ ਅਸੀਂ ਭਜਨ ਸਿਮਰਨ 'ਤੇ ਬੈਠ ਸਕਦੇ ਹਾਂ। ਔਰ ਅੱਜ ਵੈਸੇ ਵੀ ਵੀਰਵਾਰ ਹੈ, ਅਸੀਂ ਲੋਕਲ ਸੈਂਟਰ ਜੋ ਹੈ ਸਾਡਾ, ਲੋਕਲ ਸੈਂਟਰ 'ਤੇ ਵੀ ਅਸੀਂ ਜਾਣਾ ਹੈ। ਲੋਕਲ ਸੈਂਟਰ ਦੇ ਵਿੱਚ ਸਤਸੰਗ ਜ਼ਰੂਰ ਸੁਣਨਾ ਹੈ, ਕਿਉਂਕਿ ਕਦੀ ਮਿਸ ਨਹੀਂ ਕਰਨਾ। ਜਿਸ ਤਰ੍ਹਾਂ ਅਸੀਂ ਬਿਆਸ ਜਾਂਦੇ ਹਾਂ, ਸਤਸੰਗ ਸੁਣਦੇ ਹਾਂ,